ਨਮਸਕਾਰ, ਸਤਿ ਸ੍ਰੀ ਅਕਾਲ। FMI ਨਿਊਜ਼ ਵੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ UK 'ਚ ਸੰਗਤ TV ਵੇਖ ਰਹੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਮੈਂ ਹਾਂ ਦਵਿੰਦਰ ਸਿੰਘ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਖਾਸ ਖਬਰਾਂ ਦੇ ਨਾਲ। ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਐਲਾਨ, 35 ਸੀਟਾਂ 'ਤੇ ਨੌਜਵਾਨ ਉਮੀਦਵਾਰ ਉਤਾਰੇਗੀ ਕਾਂਗਰਸ। ਯੂਥ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਕਾਂਗਰਸ 'ਚ ਰਲੇਵੇਂ ਮੌਕੇ ਕਹੀ ਗੱਲ। ਜੱਸੀ ਜਸਰਾਜ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਮੇਤ ਸੋਸ਼ਲ ਮੀਡੀਆ ਦੇ ਮੁਖੀ ਤੇ ਲਗਾਏ ਧਾਂਦਲੀਆਂ ਕਰਨ ਦੇ ਇਲਜ਼ਾਮ। ਕੇਜਰੀਵਾਲ ਨੂੰ ਸਾਰਥਕ ਬਹਿਸ ਦਾ ਦਿੱਤਾ ਸੱਦਾ। ਸੁੱਚਾ ਸਿੰਘ ਛੋਟੇਪੁਰ ਨੇ ਸਾਰੇ ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ, ਕਿਹਾ ਕੇਂਦਰ ਅਤੇ ਰਾਜਾਂ ਦੇ ਮਿਲ ਕੇ ਕੰਮ ਕਰਨ ਨਾਲ ਹੀ ਦੇਸ਼ ਦਾ ਹੋਵੇਗਾ ਵਿਕਾਸ। ਪੰਜਾਬ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੈਠਕ 'ਚ ਹੋਏ ਸ਼ਾਮਲ। ਤੁਰਕੀ 'ਚ ਤਖ਼ਤਾ ਪਲਟ ਦੀ ਕੋਸ਼ਿਸ਼ ਨੂੰ ਰਾਸ਼ਟਰਪਤੀ ਰੇਸਿਪ ਤੈਪ ਦੀ ਸਰਕਾਰ ਨੇ ਕੀਤਾ ਨਾਕਾਮ। ਹੋਈ ਹਿੰਸਾ 'ਚ 150 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ, 1200 ਤੋਂ ਵੱਧ ਜ਼ਖਮੀ। ਰਾਸ਼ਟਰਪਤੀ ਨੇ ਰਾਜ ਵਿਰੋਧੀਆਂ ਨੂੰ ਖਤਮ ਕਰਨ ਦੀ ਪ੍ਰਤੀਬੱਧਤਾ ਜਤਾਈ। ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੱਤਾ ਹੈ। ਆਪ ਦੇ ਤਕਰੀਬਨ 15 ਯੂਥ ਲੀਡਰ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ। ਇਹ ਯੂਥ ਆਪ ਲੀਡਰ ਮਾਲਵਾ ਖੇਤਰ ਦੇ ਵੱਖ ਵੱਖ ਇਲਾਕਿਆਂ ਨਾਲ ਜੁੜੇ ਹੋਏ ਨੇ। ਇਸ ਮੌਕੇ ਚੰਡੀਗੜ੍ਹ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2017 ਵਿਧਾਨ ਸਭਾ ਚੋਣਾਂ 'ਚ 35 ਸੀਟਾਂ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ। ਉਹਨਾਂ AIM ਐਲਾਨ ਯੂਥ ਆਰਗੇਨਾਈਜੇਸ਼ਨ ਆਫ ਇੰਡੀਆ ਵੱਲੋਂ ਕਾਂਗਰਸ 'ਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸ਼ਾਮਲ ਕਰਵਾਉਣ ਮੌਕੇ ਕੀਤਾ ਗਿਆ। ਇਸ ਦੌਰਾਨ ਉਹਨਾਂ ਵਿਰੋਧੀ ਪਾਰਟੀਆਂ 'ਤੇ ਵੀ ਸਿਆਸੀ ਹਮਲੇ ਕੀਤੇ। ਯੂਥ ਆਰਗੇਨਾਈਜੇਸ਼ਨ ਆਫ ਇੰਡੀਆ ਐਂਡ ਆਮ ਆਦਮੀ ਕੇ ਲੋਕ ਜੋ ਆਮ ਆਦਮੀ ਕੋ ਛੋੜ ਕੇ ਕਾਂਗਰਸ ਮੇਂ ਜੁਆਇਨ ਕਰ ਰਹੇ ਹੈ ਔਰ ਹਮਾਰੀ ਮਦਦ ਕਰਨਾ ਚਾਹ ਰਹੇ ਹੈ ਇਲੈਕਸ਼ਨ ਮੇਂ, ਵੋ ਸਾਰੇ ਆ ਜਾਏ। ਆਮ ਆਦਮੀ ਪਾਰਟੀ ਇਜ਼ ਸਲਾਈਡਿੰਗ, ਇਟਸ ਗੋਇੰਗ ਡਾਊਨ ਡੇ ਬਾਈ ਡੇ। ਪੀਪਲ ਆਰ ਫੈਡ ਅਪ, ਟੂ ਮੈਨੀ ਫਾਲਸ ਪ੍ਰੋਮਿਸਿਸ, ਨੋ ਅਚੀਵਮੈਂਟ ਨਾਈਦਰ ਇਨ ਦਿੱਲੀ ਨੋ ਹੇਅਰ। ਆਮ ਆਦਮੀ ਪਾਰਟੀ 'ਚੋਂ ਕੱਢੇ ਗਏ ਜੱਸੀ ਜਸਰਾਜ ਨੇ ਕਿਹਾ ਕਿ ਉਹ ਜਦੋਂ ਤੱਕ ਆਪਣੀ ਗੱਲ ਅਰਵਿੰਦ ਕੇਜਰੀਵਾਲ ਨੂੰ ਨਹੀਂ ਪਹੁੰਚਾ ਦਿੰਦੇ ਉਦੋਂ ਤੱਕ ਉਹ ਚੁੱਪ ਕਰਕੇ ਬੈਠਣ ਵਾਲੇ ਨੇ। ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਕੇ ਜੱਸੀ ਜਸਰਾਜ ਨੇ ਕਿਹਾ ਕਿ ਉਹ 18 ਜੁਲਾਈ ਨੂੰ ਇੱਕ ਵਾਰ ਮੁੜ ਤੋਂ ਦਰਬਾਰ ਸਾਹਿਬ ਜਾਣਗੇ ਅਤੇ ਸਬੂਤਾਂ ਸਮੇਤ ਅਰਵਿੰਦ ਕੇਜਰੀਵਾਲ ਨੂੰ ਸਾਰਥਕ ਬਹਿਸ ਲਈ ਕਹਿਣਗੇ। ਇਸ ਦੇ ਨਾਲ ਹੀ ਇੱਕ ਵਾਰ ਮੁੜ ਤੋਂ ਜੱਸੀ ਜਸਰਾਜ ਨੇ ਦੁਰਗੇਸ਼ ਪਾਠਕ, ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਨੂੰ ਨਿਸ਼ਾਨੇ 'ਤੇ ਲਿਆ। ਪਾਰਟੀ ਅੰਦਰ ਵਾਰ ਵਾਰ ਉਣਤਾਈਆਂ ਉਜਾਗਰ ਕਰਨ ਵਾਲੇ ਜੱਸੀ ਜਸਰਾਜ ਨੇ ਇੱਕ ਵਾਰ ਮੁੜ ਤੋਂ ਕਿਹਾ ਹੈ ਕਿ ਜਿਵੇਂ ਹੀ ਹਰਿਮੰਦਰ ਸਾਹਿਬ 18 ਤਰੀਕ ਨੂੰ ਕੇਜਰੀਵਾਲ ਆਉਣਗੇ ਤਾਂ ਉਹਨਾਂ ਨਾਲ ਪੰਜਾਬ ਦੇ ਮਸਲੇ ਬੈਠ ਕੇ ਨਿਬੜਨਗੇ, ਕੀ ਕਹਿਣਾ ਪੂਰੇ ਮਾਮਲੇ 'ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਜੱਸੀ ਜੀ, ਇੱਕ ਵਾਰ ਪਹਿਲਾਂ ਵੀ ਤੁਸੀਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹੋ ਪਰ ਉਸ ਵੇਲੇ ਵੀ ਤੁਹਾਨੂੰ ਜਿਹੜਾ ਕੋਈ ਚਾਂਸ ਨਹੀਂ ਦਿੱਤਾ ਗਿਆ, ਇਸ ਵਾਰ ਕੀ ਸੋਚ ਹੈ, ਕੀ ਕਰੋਗੇ? ਦੇਖੋ, 3 ਜੁਲਾਈ ਨੂੰ ਵੀ ਮੈਂ ਜਦੋਂ ਗੁਰਦੁਆਰਾ ਸਾਹਿਬ ਕੋਈ ਕਰਾਰ ਕਰ ਲੈਂਦੇ ਹੋ ਤੁਸੀਂ ਤਾਂ ਤੁਹਾਨੂੰ ਉਹ ਨਿਭਾਉਣਾ ਪੈਂਦਾ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮੈਂ 10 ਅਪ੍ਰੈਲ ਨੂੰ, ਕਿਉਂਕਿ 8 ਅਪ੍ਰੈਲ ਨੂੰ ਮੈਨੂੰ ਕੱਢਿਆ ਗਿਆ ਸੀ, 10 ਅਪ੍ਰੈਲ ਨੂੰ ਇੱਕ ਵੀਡੀਓ ਪਾਈ ਸੀ ਕਿ ਅਰਵਿੰਦ ਜੀ ਮੇਰੇ ਨਾਲ ਕੰਸਟਰਕਟਿਵ ਡਿਬੇਟ ਕਰ ਲਓ, ਸਕਾਰਾਤਮਕ ਬਹਿਸ ਦਰਬਾਰ ਸਾਹਿਬ ਵਿਖੇ, ਅਤੇ ਮੈਨੂੰ ਪ੍ਰੂਵ ਕਰ ਦਿਉ ਮੇਰੀ ਗਲਤੀ ਕੀ ਹੈ, ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ, ਪੀਪਲ ਗੈਟ ਅਵੇਅਰ ਕਿ ਬੰਦਾ ਯਾਰ ਇਹ ਤਾਂ ਅੱਛਾ, ਇਹ ਇੱਦਾਂ ਮਾੜਾ ਸੀ, ਪਾਰਟੀ ਦਾ ਐਡਾ ਬੁਰਾ ਕਰ ਰਿਹਾ ਸੀ। ਪਰ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ। ਹੁਣ ਉਹ 3 ਜੁਲਾਈ ਨੂੰ ਆਏ, ਮੈਂ 2 ਜੁਲਾਈ ਨੂੰ ਪਹੁੰਚ ਗਿਆ ਸੀਗਾ ਦਰਬਾਰ ਸਾਹਿਬ, ਅਤੇ ਮੈਂ ਉੱਥੋਂ ਵੀ ਵੀਡੀਓ ਫਿਰ ਪਾਈ ਹੈ ਦਰਬਾਰ ਸਾਹਿਬ ਤੋਂ ਕਿ ਅਰਵਿੰਦ ਜੀ ਆ ਕੇ ਬਹਿਸ ਕਰ ਲਓ। ਪਰ ਅਰਵਿੰਦ ਜੀ ਨੇ ਚੱਲਦੇ ਚੱਲਦੇ ਗੱਲ ਕੀਤੀ ਸਾਡੀ, ਕੁਛ ਇੱਕ ਸੈਕਿੰਡ ਗੱਲ ਹੋਈ ਜਿਹਦੇ 'ਚ ਉਹਨਾਂ ਨੇ ਕਿਹਾ ਮਿਲ ਕੇ ਬਾਤ ਕਰੇਂਗੇ, ਅਤੇ ਮੈਂ ਕਿਹਾ ਜੀ ਇਸ ਅੱਛੀ ਔਰ ਪਵਿੱਤਰ ਜਗ੍ਹਾ ਨਹੀਂ ਹੋ ਸਕਤੀ, ਆਪ ਯਹਾਂ ਪੇ ਮੁਝੇ ਮੇਰੇ ਦੋਸ਼ ਪ੍ਰੂਵ ਕਰ ਦੀਜੀਏ ਤਾਂ ਕਿ ਦੁਨੀਆ ਕੋ ਪਤਾ ਲੱਗੇ। ਕਹਿੰਦੇ ਨਹੀਂ, ਮੈਂ ਬੁਲਾਊਂਗਾ ਆਪਕੋ, ਮਿਲ ਕੇ ਬਾਤ ਕਰੇਂਗੇ। ਇੰਨੀ ਗੱਲ ਸਾਡੀ ਹੋਈ ਹੈ, ਅਤੇ ਅਗਰ ਉਹ ਕਹਿਣਾ ਚਾਹੁੰਦੇ ਅਰਵਿੰਦ ਜੀ ਇਹ ਵੀ ਕਹਿ ਸਕਦੇ ਸੀ ਆਪਕੋ ਤਾਂ ਪਾਰਟੀ ਸੇ ਨਿਕਾਲ ਦਿਆ ਗਿਆ ਹੈ, ਆਪ
6 ਸਾਲ ਬਾਅਦ ਬਾਤ ਕਰਨਾ ਤੇ ਮੈਨੂੰ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਇੱਕ ਸੱਚੇ ਸੁੱਚੇ ਲੀਡਰ ਹੈ ਤੇ ਉਹ ਇੱਕ ਦੂਜੇ ਸੱਚੇ ਬੰਦੇ ਦੀ ਗੱਲ ਨੂੰ ਜ਼ਰੂਰ ਸੁਣਨਗੇ, ਉਹ ਬੇਇਨਸਾਫੀ ਨਹੀਂ ਕਰਨਗੇ। ਸੋ ਅੱਜ ਤੁਸੀਂ ਇੱਕ ਹੋਰ ਇਲਜ਼ਾਮ ਲਗਾਏ ਨੇ, ਤੁਹਾਡਾ ਕਹਿਣਾ ਹੈ ਕਿ ਸੰਜੇ ਸਿੰਘ ਹੋਵੇ, ਦੁਰਗੇਸ਼ ਪਾਠਕ ਹੋਵੇ, ਇਹ ਸਾਰੇ ਲੋਕ ਇੱਕ ਗੁਰਬਤ ਭਰੀ ਜ਼ਿੰਦਗੀ ਜੀ ਰਹੇ ਸਨ, ਪਰ ਪੰਜਾਬ ਆਉਣ ਤੋਂ ਬਾਅਦ ਇਹਨਾਂ ਦੇ ਚਿਹਰਿਆਂ 'ਤੇ ਰੌਣਕ ਆ ਗਈ ਹੈ, ਕੀ ਮਾਇਨੇ ਨਿਕਲਦੇ ਨੇ ਇਸ 'ਤੇ? ਦੇਖੋ, ਇਹ ਮੈਂ ਨਹੀਂ ਕਹਿ ਰਿਹਾ, ਪ੍ਰਤੱਖ ਨੂੰ ਪ੍ਰਮਾਣ ਕੀ, ਤੁਸੀਂ ਉਹਨਾਂ ਦੀਆਂ ਸ਼ਕਲਾਂ ਦੇਖ ਸਕਦੇ ਹੋ, ਉਹਨਾਂ ਦੀਆਂ ਤੁਸੀਂ 2012 13 14 ਇੱਥੋਂ ਤੱਕ ਉਹਨਾਂ ਦੀ ਸ਼ਕਲ ਦੇਖ ਸਕਦੇ ਹੋ। 2015 ਦੇ ਵਿੱਚ ਜਦੋਂ ਪੰਜਾਬ ਆਏ ਹੈ, ਉਸ ਤੋਂ ਪਹਿਲਾਂ ਦੀ ਫੋਟੋ ਦੇਖ ਲਿਓ ਤੁਸੀਂ, ਅਤੇ 2015 ਤੋਂ ਬਾਅਦ ਹੁਣ ਤੁਸੀਂ ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ਦੀ ਸ਼ਕਲ ਦੇਖ ਲਓ। ਵਧੀਆ ਗੱਲ ਹੈ ਯਾਰ, ਖਾਣ ਪੀਣ ਨੂੰ ਮਿਲ ਰਿਹਾ ਤੁਹਾਨੂੰ, ਇਟ ਮੀਨਸ ਕਿ ਪੰਜਾਬੀ ਬਹੁਤ ਵਧੀਆ ਹੋਸਟ ਹੈ। ਬਟ ਮੇਰੇ ਹਿਸਾਬ ਨਾਲ ਆਪਾਂ ਸੰਘਰਸ਼ ਕਰ ਰਹੇ ਹਾਂ, ਹਾਲੇ ਅਸੀਂ ਜਿੱਤੇ ਨਹੀਂ, ਅਸੀਂ ਹਾਲੇ ਜਿੱਤਣਾ ਪੰਜਾਬ। ਅਤੇ ਸਾਨੂੰ ਕਿਤੇ ਜਿਹੜੀਆਂ ਕੋਈ VIP ਕੋਠੀਆਂ 'ਚ ਆਪਾਂ ਪੰਜਾਬੀ ਰੱਖਦੇ ਪਏ ਆ ਤੁਹਾਨੂੰ, ਜਾਂ 5 ਸਟਾਰਾਂ ਦੇ ਵਿੱਚ ਰੋਟੀ ਖਵਾ ਰਹੇ ਹੈ, ਕਿਤੇ ਉਸ ਚੱਕਰ ਦੇ ਵਿੱਚ, ਜਾਂ ਕਾਂਗਰਸ ਜਾਂ ਅਕਾਲੀ ਜਿਹੜੇ ਕਰੋੜਾਂਪਤੀ ਤੁਸੀਂ ਜੁਆਇਨ ਕਰਾ ਰਹੇ ਹੋ, ਜਾਂ ਫਿਰ ਜਿਹੜੇ ਟੇਂਟਡ ਪੁਲਿਸ ਅਫਸਰ ਜਿਹੜੇ ਵੱਡੇ ਵੱਡੇ ਅਹੁਦੇ ਛੱਡ ਛੱਡ ਕੇ ਆਪਣੀ ਪੁਲਿਸ ਦੀ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ 'ਚ ਪਹਿਲਾਂ ਹੀ ਆ ਰਹੇ ਹੈ ਪ੍ਰੀ ਰਿਟਾਇਰਮੈਂਟ ਲੈ ਕੇ, ਕਿਤੇ ਉਹ ਬੰਦਿਆਂ ਨੇ ਕੁਛ ਗਲਤ ਤਾਂ ਨਹੀਂ ਖਵਾਤਾ? ਕਿਉਂਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਚਾਹੇ ਕੋਈ ਹੋਵੇ, ਕਿ ਸਾਡੇ ਪੰਜਾਬ ਨਾਲ PPP ਵਾਂਗੂ ਕੋਈ ਵੀ ਬੰਦਾ ਖਿਲਵਾੜ ਕਰ ਜੇ, ਚਾਹੇ ਸੰਜੇ ਸਿੰਘ ਹੋਵੇ, ਚਾਹੇ ਦੁਰਗੇਸ਼ ਪਾਠਕ ਹੋਵੇ, ਚਾਹੇ ਸੁੱਚਾ ਸਿੰਘ ਛੋਟੇਪੁਰ ਹੋਵੇ। ਆਈ ਹੋਪ ਕਿ ਸਾਡੇ ਜ਼ਖਮਾਂ 'ਚੋਂ ਅਸੀਂ ਪੈਸਾ ਨਹੀਂ ਕਮਾਉਣ ਦੇਵਾਂਗੇ ਕਿਸੇ ਨੂੰ ਵੀ, ਅਤੇ ਅਗਰ ਕੋਈ ਕਰ ਰਿਹਾ ਇੱਦਾਂ ਤਾਂ ਥੋੜ੍ਹਾ ਜਿਹਾ ਧਿਆਨ ਰੱਖਿਓ ਵੀ ਸਾਰੇ ਬੰਦੇ ਟਿਕਟਾਂ ਪਿੱਛੇ ਪੰਜਾਬ ਵੇਚਣ ਨੂੰ ਤਿਆਰ ਨਹੀਂ, ਆਪਣਾ ਜ਼ਮੀਰ ਵੇਚਣ ਨੂੰ ਤਿਆਰ ਨਹੀਂ। ਸੋ ਜੱਸੀ ਜੀ, ਕਾਫੀ ਲੰਬਾ ਸਮਾਂ ਹੋ ਗਿਆ ਤੁਹਾਨੂੰ ਲੜਾਈ ਲੜਦੇ ਆ ਆਪਣੀ, ਤੁਸੀਂ ਕਹਿ ਰਹੇ ਹੋ ਕਿ ਬਹੁਤ ਮੈਂ ਸੱਚਾ, ਅਤੇ ਸੁਣਵਾਈ ਕਿਉਂ ਨਹੀਂ ਹੋ ਰਹੀ? ਆਖਿਰ ਇਸ ਤਰ੍ਹਾਂ ਦੀ ਕਿਹੜੀ ਗੱਲ ਹੈ ਕਿ ਜਿਹੜੀ ਪਾਰਟੀ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਸੁਣਨ ਨੂੰ ਤਿਆਰ ਹੀ ਨਹੀਂ? ਦੇਖੋ, ਅਰਵਿੰਦ ਕੇਜਰੀਵਾਲ ਨੂੰ ਵੀ ਸੱਚ ਦੀ ਲੜਾਈ ਲੜਦੇ ਲੜਦੇ ਅਚਾਨਕ ਨਹੀਂ ਆਉਂਦੇ ਹੀ ਮੁੱਖ ਮੰਤਰੀ ਬਣਾਤਾ ਹੀ, ਪਹਿਲਾਂ ਕਪਿਲ ਸਿੱਬਲ ਵਰਗਿਆਂ ਨੇ ਕਿਹਾ ਅਗਰ ਆਪ ਬਦਲਣਾ ਚਾਹਤੇ ਹੋ ਦੇਸ਼ ਕੋ ਔਰ ਤੋ ਆਓ ਪਾਰਲੀਮੈਂਟ ਮੈਂ ਆ ਜਾਓ। ਅਰਵਿੰਦ ਕੇਜਰੀਵਾਲ ਨੇ ਚੈਲੇਂਜ ਅਸੈਪਟ ਕੀਤਾ, ਇਟ ਟੁੱਕ ਹਿਮ ਸਮ ਟਾਈਮ, ਬਟ ਇਵੈਂਚੁਅਲੀ ਉਸ ਸਕਸੀਡ ਹੋਏ ਆ। 4 ਮੈਂਬਰ ਆਫ ਪਾਰਲੀਮੈਂਟ ਆਮ ਆਦਮੀ ਪਾਰਟੀ ਵੱਲੋਂ ਪਾਰਲੀਮੈਂਟ 'ਚ ਗਏ ਆ, ਅਤੇ ਹੁਣ ਤੁਸੀਂ ਦੇਖ ਸਕਦੇ ਹੋ 67 MLA ਦੀ ਸਰਕਾਰ ਬਣੀ ਹੈ, ਅਤੇ ਜੇ ਉਹਨਾਂ ਦਾ ਸੱਚ ਨਹੀਂ ਹਾਰਿਆ ਤਾਂ ਮੈਨੂੰ ਲੱਗਦਾ ਵੀ ਜੱਸੀ ਜਸਰਾਜ ਦਾ ਸੱਚ ਵੀ ਨਹੀਂ ਹਾਰੂਗਾ। ਅਤੇ ਸੱਚ ਦੇ ਵਿੱਚ ਵਿਸ਼ਵਾਸ ਹੈ, ਸੱਚ ਥੋੜ੍ਹਾ ਲੇਟ ਜਿੱਤਦਾ ਪਰ ਜਿੱਤਦਾ ਜ਼ਰੂਰ ਹੈ। ਸੋ ਇਹ ਸਨ ਜੱਸੀ ਜਸਰਾਜ, ਜਿਨ੍ਹਾਂ ਨੇ ਕਿਹਾ ਹੈ ਕਿ ਉਹ ਸੱਚ ਦੀ ਲੜਾਈ ਲੜ ਰਹੇ ਨੇ, ਸੱਚ ਬੇਸ਼ੱਕ ਥੋੜ੍ਹਾ ਲੇਟ ਜ਼ਰੂਰ ਪਹੁੰਚਦਾ ਲੋਕਾਂ ਤੱਕ ਪਰ ਪਹੁੰਚਦਾ ਜ਼ਰੂਰ ਹੈ। ਕਾਸਿਫ ਫਾਰੂਕੀ, ਫ੍ਰੀ ਮੀਡੀਆ, ਚੰਡੀਗੜ੍ਹ। ਉੱਧਰ ਜੱਸੀ 'ਤੇ ਪਲਟਵਾਰ ਕਰਦੇ ਹਾਂ, ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਜੱਸੀ ਪਾਰਟੀ ਨਾਲ ਖੁਦ ਨੂੰ ਉੱਚਾ ਸਮਝਣ ਲੱਗ ਪਿਆ ਅਤੇ ਕਈ ਵਾਰ ਸਮਝਾਉਣ 'ਤੇ ਵੀ ਪਾਰਟੀ ਲੀਡਰਸ਼ਿਪ ਦਾ ਜਨਤਕ ਵਿਰੋਧ ਕਰਨ ਨੂੰ ਨਹੀਂ ਹਟਿਆ। ਉਹਨਾਂ ਕਿਹਾ ਕਿ ਇਸ ਲਈ ਜੱਸੀ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਇਆ ਗਿਆ। ਇਸ ਮੌਕੇ ਸੰਜੇ ਸਿੰਘ, ਦੁਰਗੇਸ਼ ਪਾਠਕ ਅਤੇ ਲਾਏ ਇਲਜ਼ਾਮਾਂ ਬਾਰੇ ਵੀ ਛੋਟੇਪੁਰ ਨੇ ਸਫਾਈ ਦਿੱਤੀ। ਜੱਸੀ ਜੀ ਬਿਲਕੁਲ ਗਲਤ ਗੱਲ ਕਰ ਰਿਹਾ, ਸੰਜੇ ਸਿੰਘ ਦਾ ਭਾਈ ਜੋ ਹੈ ਉਹ ਨਿਊਯਾਰਕ ਮੇਂ ਬਹੁਤ ਬੜਾ ਬਿਜ਼ਨਸਮੈਨ ਹੈ, ਉਹ ਇੰਜੀਨੀਅਰ ਹੈ, ਉਸਕਾ ਮੇਰਾ ਖਿਆਲ 2 ਲੱਖ ਸੇ ਉੱਪਰ ਕੀ ਉਨਕੀ ਇੱਕ ਮਹੀਨੇ ਕੀ ਸੈਲਰੀ ਹੈ। ਉਹ ਆਪਣੇ ਬੱਚੇ ਕਾ ਬਰਥਡੇ ਮਨਾਨੇ ਆਇਆ ਥਾ, ਕੈਸੀ ਬਾਤੇਂ ਕਰ ਰਿਹਾ ਹੈ ਸੰਜੇ ਸਿੰਘ, ਹਮਾਰੀ ਤਰ੍ਹਾਂ ਹਮ ਵੀ ਤੋ ਸਧਾਰਨ ਲੋਕ ਹੈ ਜੋ ਸਾਰਾ ਦਿਨ ਸਮਾਜ ਕੇ ਲੀਏ ਕੰਮ ਕਰਤੇ ਹੈ, ਹਮਾਰੇ ਭਾਈ ਹਮਸੇ ਆਗੇ ਬੜ ਸਕਤੇ ਹੈ, ਉਹ ਮਿਹਨਤ ਕਰਤੇ ਹੈ, ਜੋਬ ਕਰਤੇ ਹੈ, ਉਨਕੇ ਪਾਸ ਪੈਸਾ ਵੱਧ ਹੋ ਸਕਤਾ ਹੈ, ਤੋ ਇਹ ਐਸੀ ਫਜ਼ੂਲ ਬਾਤੇਂ ਨਹੀਂ ਕਰਨੀ ਚਾਹੀਏ ਕਿਸੀ ਕੋ, ਬੇਬੁਨਿਆਦ ਉਸਕੇ ਸਾਰੇ ਇਲਜ਼ਾਮ ਹੈ। ਜਬ ਕੋਈ ਆਦਮੀ ਨਿਰਾਸ਼ ਹੋਤਾ ਹੈ ਤੋ ਐਸੀ ਬਾਤੇਂ ਕਰਤਾ ਹੈ।
ਉਹ ਸਾਡੇ ਨੋਟਿਸ ਵਿੱਚ ਲਿਆ, ਅਸੀਂ ਖੁਦ ਆਪੇ ਇਨਕੁਆਇਰੀ ਕਰਾਂਗੇ। ਅਸੀਂ ਤਾਂ ਬਿਲਕੁਲ ਕਿਸੇ ਕਰਪਟ ਬੰਦੇ ਨੂੰ ਬਰਦਾਸ਼ਤ ਨਹੀਂ ਕਰਦੇ, ਪਰ ਉਹਨੂੰ ਕੋਈ ਹੱਕ ਸਾਡੀ ਪਾਰਟੀ ਬਾਰੇ ਗੱਲ ਕਰਨ ਦਾ ਹੱਕ ਨਹੀਂ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਨੂੰ ਇੱਕ ਵਾਰ ਮੁੜ ਤੋਂ ਘੇਰਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਚਾਇਤਾਂ ਦੇ ਹੱਕਾਂ 'ਤੇ ਡਾਕੇ ਮਾਰਨੇ ਸ਼ੁਰੂ ਕੀਤੇ ਹੋਏ ਨੇ। ਸੁਖਪਾਲ ਸਿੰਘ ਖਹਿਰਾ ਦਾ ਇਲਜ਼ਾਮ ਹੈ ਕਿ ਪੰਚਾਇਤਾਂ ਦੇ ਵਿਕਾਸ ਕੰਮਾਂ 'ਚ ਸਰਕਾਰ ਦਖਲ ਅੰਦਾਜ਼ੀ ਕਰ ਰਹੀ ਹੈ ਅਤੇ ਖੁਦ ਕੰਮਾਂ ਦੀ ਪ੍ਰਪੋਜ਼ਲ ਪੰਚਾਇਤਾਂ ਨੂੰ ਮੁੱਖ ਮੰਤਰੀ ਭੇਜ ਰਹੇ ਨੇ, ਜੋ ਕਿ ਸਰਾਸਰ ਗਲਤ ਹੈ। ਖਹਿਰਾ ਮੁਤਾਬਕ ਸੀਐਮ ਬਾਦਲ ਨਾਲੋਂ ਪੰਚਾਇਤਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਜ਼ਿਆਦਾ ਪਤਾ ਹੁੰਦਾ ਹੈ। ਐਂਡ ਗ੍ਰਾਮ ਪੰਚਾਇਤ ਇਟ ਇਜ਼ ਅ ਕਰੂਅਲ ਜੋਕ, ਅਤੇ ਉਹਦਾ ਵੀ ਮਜ਼ਾਕ ਉਡਾਇਆ। ਉਹਦੀਆਂ ਧੱਜੀਆਂ 73 ਅਤੇ 74ਵੀਂ ਸੋਧ ਦੀਆਂ, ਵੱਧ ਅਧਿਕਾਰਾਂ ਦੀ ਸੋਧ ਦੀ ਜਿਹੜੀ ਹੈ ਬਾਦਲ ਨੇ, ਉਹਦਾ ਵੀ ਬਹੁਤ ਬੁਰੀ ਤਰ੍ਹਾਂ ਧੱਜੀਆਂ ਉਡਾਈਆਂ ਵਾ। ਅਸੀਂ ਪ੍ਰਧਾਨ ਜੀ ਨਾਲ ਰਾਏ ਕਰ ਰਹੇ ਹਾਂ, ਤਾਂ ਹੋਪਫੁਲੀ ਫਿਰ ਅਸੀਂ ਇਸ ਇਸ਼ੂ ਨੂੰ, ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਡਾਕਾ ਮਾਰਿਆ ਇਸ ਨੂੰ ਬੰਦ ਕਰਾਇਆ ਜਾਵੇ, ਔਰ ਅਸੀਂ ਯਤਨ ਕਰਾਂਗੇ ਆਪਣੇ ਸਾਰੇ ਲੀਗਲ ਵਿੰਗ ਨਾਲ ਡਿਸਕਸ ਕਰਕੇ ਕਿ ਇਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਜਾਵੇ, ਜਾਂ ਫਿਰ ਸਰਕਾਰ ਇਹ ਸਾਰੇ ਸਿਸਟਮ ਪ੍ਰਕਿਰਿਆ ਨੂੰ ਬਹਾਲ ਕੀਤਾ। ਸਰਪੰਚ ਮੈਨੂੰ ਇਹ ਵੀ ਕਹਿੰਦੇ ਨੇ ਕਿ ਆਹ ਪੈਸੇ ਭੇਜ ਕੇ ਸਾਨੂੰ ਕਿਤੇ ਮੁੜ ਕੇ ਕਹਿੰਦੇ ਇਹਨਾਂ ਦੇ ਨਾਂ 'ਤੇ ਮਤੇ ਪਾ ਦਿਓ, ਮਤੇ ਪਵਾ ਰਹੇ ਨੇ, ਬਿਕੋਜ਼ ਸਰਪੰਚ ਇਹਨਾਂ ਤੋਂ ਵਿਚਾਰੇ ਡਰਦੇ ਨੇ। ਉਹਨਾਂ ਤੋਂ ਕੋਲ ਉਹਨਾਂ ਨੇ ਪੈਸੇ ਦਿੱਤੇ ਹੀ ਨਹੀਂ ਕਈਆਂ ਨੂੰ, ਕਈਆਂ ਨੂੰ ਪਿੰਡਾਂ 'ਚ 10-10 ਸਾਲ ਹੋ ਗਏ ਆ। ਜਿੱਦਾਂ ਮੇਰਾ ਆਪਣਾ ਪਿੰਡ ਹੈ ਰਾਮਗੜ੍ਹ, ਨੋਟ ਏ ਪੈਨੀ ਟੂ ਦਾ ਵਿਲੇਜ ਜਸਟ ਬਿਕੋਜ਼ ਆਈ ਐਮ ਫਰੋਮ ਦੀ ਓਪੋਜੀਸ਼ਨ। ਇੱਕ ਪੈਸਾ ਨਹੀਂ ਦਿੱਤਾ ਪਿਛਲੇ 10 ਸਾਲਾਂ ਦੇ ਵਿੱਚ, ਅਤੇ ਸਰਪੰਚਾਂ ਨੂੰ ਫਿਰ ਬਾਹਾਂ ਮਰੋੜ ਕੇ ਕਹਿੰਦੇ ਨੇ ਪੈਸੇ ਤੁਹਾਨੂੰ ਤਾਂ ਦੇਵਾਂਗੇ ਜੇ ਆਹ ਸਾਡੇ ਕੰਮਾਂ ਦੇ ਤੁਸੀਂ ਮਤੇ ਪਾ ਦਿਓਗੇ। ਸੋ ਇਹ ਮੈਂ ਸਮਝਦਾ ਵਾਂ ਕਿ ਇਸ ਤਰ੍ਹਾਂ ਕਰਕੇ ਉਹਨਾਂ ਨੇ ਪੰਚਾਇਤ ਦੇ ਹਕੂਕ ਦੇ ਉੱਤੇ ਬਹੁਤ ਵੱਡਾ ਇੱਕ ਡਾਕਾ ਮਾਰਿਆ ਵਾ। ਆਲ ਇੰਡੀਆ ਸਿੱਖ ਫੈਡਰੇਸ਼ਨ ਅਤੇ ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ 18 ਜੁਲਾਈ ਨੂੰ ਅੰਮ੍ਰਿਤਸਰ ਫੇਰੀ ਮੌਕੇ ਨਿਰੰਕਾਰੀ ਮੁਖੀ ਨਾਲ ਆਪਣੇ ਸਬੰਧ ਸਪਸ਼ਟ ਕਰਨ ਲਈ ਵੀ ਕਿਹਾ ਗਿਆ ਹੈ। ਚੰਡੀਗੜ੍ਹ ਸਥਿਤ ਗੁਰਦੁਆਰਾ ਗੁਰਸਾਗਰ 'ਚ ਇੱਕ ਕਨਵੈਨਸ਼ਨ ਵੀ ਰੱਖੀ ਗਈ, ਜਿੱਥੇ ਸਿਆਸੀ ਪਾਰਟੀਆਂ ਨੂੰ ਸੰਤ ਸਮਾਜ ਨੇ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ ਨੂੰ ਤਾੜਨਾ ਕੀਤੀ ਕਿ ਉਹ ਧਾਰਮਿਕ ਮੁੱਦਿਆਂ ਰਾਹੀਂ ਸਿਆਸੀ ਲਾਭ ਨਾ ਲੈਣ ਦੀ ਕੋਸ਼ਿਸ਼ ਕਰਨ। ਇਸ ਦੇ ਨਾਲ ਹੀ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੇਜਰੀਵਾਲ ਦੇ 18 ਜੁਲਾਈ ਦੇ ਦੌਰੇ ਨੂੰ ਸਿਆਸੀ ਸਟੰਟ ਕਰਾਰ ਦਿੱਤਾ। ਕਹਿਣਾ ਚਾਹੁੰਦੇ ਹਾਂ ਕਿ ਉਹ 18 ਤਰੀਕ ਨੂੰ ਸ੍ਰੀ ਦਰਬਾਰ ਸਾਹਿਬ ਆ ਰਹੇ ਨੇ, ਔਰ ਉਹ ਇਸ ਗੱਲ ਦੀ ਆਸ ਰੱਖਦੇ ਨੇ ਕਿ ਦਿੱਲੀ ਵਾਂਗ ਪੰਜਾਬ ਦੇ ਵਿੱਚ ਵੀ ਉਸ ਨੂੰ ਰਾਜ ਭਾਗ ਦਾ ਮੁਖੀ ਬਣਾ ਦਿੱਤਾ ਜਾਵੇ। ਅਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਸਪਸ਼ਟ ਹੋਣਾ ਪਵੇਗਾ ਕਿ ਉਹ ਆਪਣੀ ਪੂਰੀ ਕੈਬਨਿਟ ਨੂੰ ਨਾਲ ਲੈ ਕੇ ਜਿਹੜੇ ਨਿਰੰਕਾਰੀ ਮਿਸ਼ਨ ਦੇ ਮੁਖੀ ਨੇ ਬਾਬਾ ਹਰਦੇਵ ਸਿੰਘ, ਉਹਨਾਂ ਦੇ ਚਰਨਾਂ ਦੇ ਵਿੱਚ ਗਏ ਔਰ ਉੱਥੇ ਜਾ ਕੇ ਕਿਹਾ ਕਿ ਬਾਬਾ ਜੀ ਤੁਹਾਡੇ ਆਸ਼ੀਰਵਾਦ ਦੇ ਨਾਲ ਸਾਡੀ ਦਿੱਲੀ ਦੇ ਵਿੱਚ ਸਰਕਾਰ ਬਣੀ ਹੈ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਨਿਰੰਕਾਰੀਆਂ ਨੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ। 13 ਸਿੰਘ ਸ਼ਹੀਦ ਹੋ ਗਏ, ਉਹਨਾਂ ਨੂੰ ਪੰਥ ਦੇ ਵਿੱਚੋਂ ਖਾਰਜ ਕਰ ਦਿੱਤਾ ਗਿਆ। ਅਜਿਹੇ ਹਾਲਾਤਾਂ ਦੇ ਵਿੱਚ ਉਹ ਸਪਸ਼ਟ ਕਰਨ ਕਿ ਉਹਨਾਂ ਦੇ ਮਹਾਂਪੁਰਸ਼ਾਂ ਦੇ ਨਾਲ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਨੇ ਉਹਨਾਂ ਨਾਲ ਸੰਬੰਧ ਨੇ, ਕਿ ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਰੋਧਤਾ ਕਰਦੇ ਨੇ, ਸ਼ਰੀਕ ਨੇ, ਉਹਨਾਂ ਦੇ ਨਾਲ ਸੰਬੰਧ ਨੇ। ਦੂਸਰਾ, ਅਸੀਂ ਉਹਨਾਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਉਹ ਦਰਬਾਰ ਸਾਹਿਬ ਆ ਰਹੇ ਨੇ, ਜਿਹੜਾ ਚੋਣ ਮੈਨੀਫੈਸਟੋ ਦਾ ਕਵਰ ਫੋਟੋ ਹੈ ਉਸ ਨੂੰ ਵਾਪਸ ਲੈਣ ਔਰ ਆਸ਼ੀਸ਼ ਖੈਤਾਨ ਨੂੰ ਪਾਰਟੀ ਦੇ ਵਿੱਚੋਂ ਕੱਢਣ ਔਰ ਇੱਥੇ ਮਾਫ਼ੀ ਮੰਗਣ। ਔਰ ਇੱਕ ਪੰਜਾਬ ਵਿੱਚ ਚਿੱਟੀ ਮੱਖੀ ਦੇ ਨਾਲ ਤਬਾਹ ਹੋ ਰਹੀ ਨਰਮੇ ਦੀ ਫਸਲ ਨੂੰ ਬਚਾਉਣ ਲਈ ਕੇਂਦਰੀ ਖੇਤੀਬਾੜੀ ਮੰਤਰਾਲੇ ਦੀ ਟੀਮ ਨੇ ਪਿਛਲੇ ਦਿਨਾਂ ਤੋਂ ਪੰਜਾਬ 'ਚ ਡੇਰੇ ਲਾਏ ਹੋਏ ਨੇ, ਜਿਸ ਅਧੀਨ ਕੇਂਦਰੀ ਟੀਮ ਫਸਲਾਂ ਦਾ ਮੁਆਇਨਾ ਕਰਕੇ ਕਿਸਾਨਾਂ ਨੂੰ ਸਮੱਸਿਆਵਾਂ ਦੇ ਹੱਲ ਲਈ ਸੁਝਾਅ ਦੇ ਰਹੀ ਹੈ। ਪਿਛਲੇ ਸਾਲ ਜਿੱਥੇ ਪੰਜਾਬ ਭਰ ਦੇ ਵਿੱਚ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਦੇ ਹਮਲੇ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਦੀ ਮਾਰ ਤੋਂ ਪੰਜਾਬ ਦੇ ਕਿਸਾਨ ਹਜੇ ਤੱਕ ਉੱਭਰ ਨਹੀਂ ਸਕੇ,
ਉੱਥੇ ਹੀ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਨਰਮੇ ਦੀ ਫਸਲ ਤੇ ਚਿੱਟੀ ਮੱਖੀ ਨੇ ਹਮਲਾ ਬੋਲ ਦਿੱਤਾ ਹੈ। ਪਿਛਲੇ ਸਾਲ ਸੈਂਕੜੇ ਕਿਸਾਨਾਂ ਦੀ ਫਸਲ ਦਬਾਅ ਹੋਣ ਤੋਂ ਬਾਅਦ ਇਸ ਵਾਰ ਕੇਂਦਰ ਸਰਕਾਰ ਦਾ ਖੇਤੀਬਾੜੀ ਮੰਤਰਾਲੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਾ ਨਜ਼ਰ ਆ ਰਿਹਾ ਹੈ। ਖੇਤੀਬਾੜੀ ਮੰਤਰਾਲੇ ਵੱਲੋਂ ਚੁਣੇ ਗਏ ਮੈਂਬਰਾਂ ਦੀ ਟੀਮ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਭੇਜੀ ਗਈ ਹੈ, ਜਿਸ ਨੇ ਆਪਣੇ ਜਾਇਜ਼ੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਫਾਜ਼ਿਲਕਾ ਦੇ ਅਬੋਹਰ ਤੋਂ ਕੀਤੀ। ਮਾਹਿਰਾਂ ਦੀ ਇਸ ਟੀਮ ਵੱਲੋਂ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕਰ ਚਿੱਟੀ ਮੱਖੀ ਦੇ ਨਾਲ ਪ੍ਰਭਾਵਿਤ ਫਸਲਾਂ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਨੂੰ ਸੁਝਾਅ ਵੀ ਦਿੱਤੇ ਗਏ। ਇਸ ਵਾਰ ਸਾਡੇ ਖੇਤੀਬਾੜੀ ਵਿਭਾਗ ਨੇ ਔਰ ਖੇਤੀਬਾੜੀ ਯੂਨੀਵਰਸਿਟੀ ਨੇ ਰਲ ਕੇ ਅਸੀਂ ਇਸ ਵਿਪਤਾ ਨੂੰ ਵਾਈਟ ਫਾਈਰ ਨੂੰ ਕੰਟਰੋਲ ਕਰਨ ਲਈ ਬੜੇ ਉਪਰਾਲੇ ਕਰ ਰਹੇ ਹਾਂ। ਸਾਡਾ ਵਿਭਾਗ ਦਿਨ ਔਰ ਰਾਤ ਇਸ ਨੂੰ ਇਸ 'ਤੇ ਨਜ਼ਰ ਰੱਖ ਰਿਹਾ। ਅੱਜ ਵੀ ਸਾਡੇ ਜ਼ਿਲ੍ਹੇ ਵਿੱਚ ਭਾਰਤ ਸਰਕਾਰ ਦੇ ਸਭ ਤੋਂ ਵੱਡੇ ਪਲਾਂਟ ਪ੍ਰੋਟੈਕਸ਼ਨ ਐਡਵਾਈਜ਼ਰ ਐੱਸ ਐੱਨ ਸ਼ੀਲ ਜੀ ਆਏ ਸੀ। ਉਹਨਾਂ ਨੂੰ ਅਸੀਂ ਸਾਰਾ ਜ਼ਿਲ੍ਹਾ ਵਿਜ਼ਿਟ ਕਰਾਇਆ, ਜਿਹਦੇ ਵਿੱਚ ਵਾਈਟ ਫਲਾਈ ਦਾ ਕੋਈ ਬਹੁਤਾ ਅਟੈਕ ਜ਼ਰੂਰ ਹੈਗਾ ਪਰ ਨੁਕਸਾਨ ਕਿਤੇ ਨਹੀਂ। ਕੋਈ ਭੱਜਣ ਭਜਾਉਣ ਦੀ ਲੋੜ ਨਹੀਂ ਕਿ ਵੀ ਇੱਕ ਤਰ੍ਹਾਂ ਅਸੀਂ ਸੋਚੀਏ ਵੀ ਬੜਾ ਕੁਛ ਵਾਈਟ ਫਲਾਈ ਆ ਗਈ ਹੈ। ਇਸ ਕਰਕੇ ਉਹ ਅਵੇਅਰ ਕਰਕੇ ਗਏ ਆ ਕਿ ਆਰਾਮ ਨਾਲ ਖੇਤੀਬਾੜੀ ਵਿਭਾਗ ਦੀਆਂ ਔਰ PIU ਦੀਆਂ ਸਿਫਾਰਸ਼ਾਂ ਦੇ ਅਨੁਸਾਰ ਹੀ ਸਪਰੇਆਂ ਕੀਤੀਆਂ ਜਾਣ। ਪਾਣੀ ਦੀ ਸਪਰੇ ਹੀ ਕਰ ਦਿਓ ਤਾਂ ਵਾਈਟ ਫਲਾਈ ਕੰਟਰੋਲ ਹੋ ਜਾਂਦਾ, ਨਿੰਬੀ ਸਟ੍ਰੀਨ ਦੀ ਸਪਰੇ ਕਰ ਦਿਓ ਵੀ ਤਾਂ ਕੰਟਰੋਲ ਹੋ ਜਾਂਦਾ। ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਚਿੱਟੀ ਮੱਖੀ ਦਾ ਹਮਲਾ ਵੱਧਦਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਵਿਭਾਗ ਵੱਲੋਂ ਦੱਸੇ ਗਏ ਸਾਰੇ ਕਦਮ ਚੁੱਕੇ ਪਰ ਫਿਰ ਵੀ ਫਸਲ ਖਰਾਬ ਹੋ ਰਹੀ ਹੈ। ਪਿਛਲੇ ਸਾਲ ਬਹੁਤ ਜ਼ਿਆਦਾ ਚਿੱਟੀ ਮੱਖੀ ਦਾ ਹਮਲਾ ਹੋ ਗਿਆ ਸੀ, ਬਹੁਤ ਜ਼ਿਆਦਾ ਨੁਕਸਾਨ ਹੋਇਆ ਅਤੇ ਐਤਕੀ ਫਿਰ ਇਹ ਕਹਿੰਦੇ ਸੀ ਵੀ ਸਾਨੂੰ 15 ਤੋਂ ਪਹਿਲਾਂ ਬੀਜ ਲਓ ਫਸਲ ਅਤੇ 15 ਤੋਂ ਪਹਿਲਾਂ ਤਾਂ ਪਾਣੀ ਨਹੀਂ ਆਇਆ ਤਾਂ ਦੂਜੀ 15 ਆ ਗਈ ਹੈ, ਹੁਣ ਜਾ ਕੇ 5-4 ਦਿਨ ਪਹਿਲਾਂ ਪਾਣੀ ਆਇਆ। ਜਿਵੇਂ ਇਹਨਾਂ ਵੇਖਿਆ ਵੀ ਚਿੱਟੀ ਮੱਖੀ ਦਾ ਜਿਹੜਾ ਮੱਛਰੀ ਦਾ ਹਮਲਾ ਹੋਇਆ ਹੈ ਅਤੇ ਉਹਦੇ 'ਤੇ ਜੇ ਅਮਲ ਕਰੇਗੀ ਸਰਕਾਰ ਤਾਂ ਬਹੁਤ ਵਧੀਆ ਰਹੇਗਾ, ਜੇ ਅਮਲ ਨਾ ਜੇ ਅਖਬਾਰਾਂ 'ਚ ਵੀ ਨਾ ਰਹਿ ਜੇ ਭਲਾ ਅੱਗੇ ਤਰ੍ਹਾਂ ਸਾਨੂੰ ਡਰ ਹੈ ਵੀ ਅਖਬਾਰਾਂ 'ਚ ਵੀ ਨਾ ਰਹਿ ਜੇ ਕਿਤੇ, ਅਤੇ ਜੇ ਜਿਵੇਂ ਉਪਰਾਲਾ ਕੀਤਾ ਉਸ ਤਰ੍ਹਾਂ ਤਾਂ ਬਹੁਤ ਵਧੀਆ ਚੰਗੀ ਚੀਜ਼ ਹੈ ਜੀ। ਕੇਂਦਰ ਸਰਕਾਰ ਦੀ ਇਹ ਟੀਮ 3 ਦਿਨਾਂ ਦੇ ਅੰਦਰ ਅੰਦਰ ਫਾਜ਼ਿਲਕਾ, ਮਾਨਸਾ ਅਤੇ ਬਠਿੰਡਾ ਦੇ ਖੇਤਰਾਂ ਦਾ ਦੌਰਾ ਕਰਕੇ ਪੂਰੀ ਰਿਪੋਰਟ ਮੰਤਰਾਲੇ ਨੂੰ ਸੌਂਪੇਗੀ। ਪਿਛਲੇ ਸਾਲ ਬਰਬਾਦ ਫਸਲ ਦੀ ਮਾਰ ਚੱਲ ਚੁੱਕੇ ਕਿਸਾਨਾਂ ਦੀ ਕੇਂਦਰ ਸਰਕਾਰ ਵੱਲੋਂ ਆਈ ਇਸ ਟੀਮ ਨੇ ਚੰਗੀ ਫਸਲ ਦੀਆਂ ਉਮੀਦਾਂ ਕੁਝ ਹੱਦ ਤੱਕ ਬੰਨ ਦਿੱਤੀਆਂ ਨੇ, ਪਰ ਕੇਂਦਰ ਸਰਕਾਰ ਦਾ ਇਹ ਕਦਮ ਕਿਸਾਨਾਂ ਦੀ ਉਮੀਦਾਂ ਤੇ ਕਿੰਨਾ ਕੁ ਖਰਾ ਉਤਰਦਾ ਹੈ ਇਹ ਤਾਂ ਸਮਾਂ ਹੀ ਦੱਸੇਗਾ। ਬਠਿੰਡਾ ਤੋਂ ਪ੍ਰਿਤਪਾਲ ਸਿੰਘ, ਫ੍ਰੀ ਮੀਡੀਆ। ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਇਸ ਵੇਲੇ ਮਾਮਲੇ 'ਤੇ ਸਿਆਸਤ ਫਿਰ ਗਰਮ ਹੈ। ਇਸ ਮਾਮਲੇ 'ਤੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ 'ਤੇ ਡਰਾਮਾ ਕਰਨ ਦੇ ਇਲਜ਼ਾਮ ਲਾਏ ਨੇ। SYL ਮਾਮਲੇ 'ਤੇ ਕਾਂਗਰਸ ਨੇ ਇੱਕ ਵਾਰ ਮੁੜ ਤੋਂ ਅਕਾਲੀ ਦਲ 'ਤੇ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਦੀ ਤਰ੍ਹਾਂ ਇਸ ਮਾਮਲੇ 'ਤੇ ਡਰਾਮਾ ਹੀ ਕੀਤਾ ਹੈ। ਲੁਧਿਆਣਾ ਪੁੱਜੀ ਕਾਂਗਰਸੀ ਲੀਡਰ ਬੀਬੀ ਰਜਿੰਦਰ ਕੌਰ ਭੱਟਲ ਮੁਤਾਬਕ ਜੇਕਰ ਅਕਾਲੀ ਦਲ ਸੱਚਮੁੱਚ SYL ਦੇ ਮਾਮਲੇ 'ਤੇ ਗੰਭੀਰ ਹੈ ਤਾਂ ਉਸ ਨੂੰ ਮੋਦੀ ਸਰਕਾਰ ਤੋਂ ਸਮਰਥਨ ਵਾਪਸ ਲੈਣਾ ਚਾਹੀਦਾ ਹੈ ਅਤੇ ਕੇਂਦਰ 'ਚ ਅਕਾਲੀ ਦਲ ਦੀ ਮੰਤਰੀ ਬੀਬੀ ਹਰਸਿਮਰਤ ਕੌਰ ਨੂੰ ਵੀ ਅਸਤੀਫਾ ਦੇਣਾ ਚਾਹੀਦਾ ਹੈ। ਅਕਾਲੀ ਦਲ ਸਿਆਸੀ ਡਰਾਮੇਬਾਜ਼ੀ ਕਰ ਰਿਹਾ ਹੈ, ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰਦਾ ਹੈ, ਉੱਪਰ ਇਹਨਾਂ ਦੀ ਭਾਈਵਾਲ ਵਾਲੀ ਸਰਕਾਰ ਹੈ, ਇਹ ਇਕੱਲੇ ਕਾਗਜ਼ੀ ਕਾਰਵਾਈ ਕਰਕੇ ਇਹ ਇਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਕਿਸੇ ਬੜੇ ਹਿਤੈਸ਼ੀਆਂ। ਜੇ ਇਹ ਸੱਚੀ ਮੁੱਚੀ ਸੀਰੀਅਸਲੀ ਹੋਣ ਸਭ ਤੋਂ ਪਹਿਲਾਂ ਤਾਂ ਆਪਣੀ ਜਿਹੜੀ ਡਾਟਰ ਲਾਓ ਤੋਂ ਰਿਜ਼ਾਈਨ ਕਰਾਉਣ, ਪ੍ਰੋਟੈਸਟ ਕਰਨ ਜਿਹੜੀ ਕੈਬਨਿਟ 'ਚ ਬੈਠੀ ਹੈ, ਔਰ ਨੰਬਰ 2 ਤੇ ਬਾਦਲ ਸਾਹਿਬ ਜਾ ਕੇ ਉੱਥੇ ਧਰਨਾ ਦੇਣ, ਵਰਤ ਰੱਖਣ, ਆਪ ਅਸਤੀਫਾ ਦੇਣ, ਜੋ ਮਰਜ਼ੀ ਕਰਨ ਜਾ ਕੇ।
ਲੇਕਿਨ ਇਹ ਸਾਰੀ ਚੀਜ਼ ਮੈਂ ਤਾਂ ਕਹਿੰਦੀ ਹਾਂ, ਅੱਜ ਕਿਉਂ ਕਰ ਰਹੇ ਹੈ, ਅੱਜ ਵੋਟਾਂ ਨੇੜੇ ਕਰਕੇ ਕਰ ਰਹੇ ਆ। ਜੇ ਇਹ ਸੰਸੀਅਰ ਹੁੰਦੇ ਜਿੱਦਾਂ ਇਹਨਾਂ ਨੇ ਪਾਣੀ ਦਾ ਮਤਾ ਪਾਸ ਕੀਤਾ ਸੀ, ਉਹਦੇ ਨਾਲ ਗਵਰਨਰ ਦੇ ਖਾਲੀ ਹੱਥ ਕਿਉਂ ਗਏ? ਉਹ ਮਤਾ ਦੀ ਕਾਪੀ ਲੈ ਕੇ ਜਾਂਦੇ ਤਾਂ ਕਿ ਗਵਰਨਰ ਸਾਹਿਬ ਦੀ ਮੋਹਰ ਲੱਗ ਜਾਂਦੀ, ਜਿਵੇਂ ਕੈਪਟਨ ਸਾਹਿਬ ਲਵਾ ਕੇ ਆਏ ਸੀਗੇ। ਖਾਲੀ ਹੱਥ ਗਏ, 4 ਦਿਨ ਦੇ ਤੇ ਉਹ ਕੋਰਟ ਵਿੱਚ ਚਲੇ ਗਏ ਨੇ, ਅਤੇ ਹੁਣ ਸਿਆਸੀ ਡਰਾਮੇਬਾਜ਼ੀ ਕਰਦੇ, ਉਹ ਤੋਂ ਬਾਅਦ ਕੁਛ ਨਹੀਂ। ਉਧਰ ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਨੇ ਵੀ ਅਕਾਲੀ ਦਲ ਨੂੰ ਘੇਰਿਆ। ਆਪ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਮੁਤਾਬਕ ਅਕਾਲੀ ਦਲ SYL ਮਾਮਲੇ 'ਤੇ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਸਿਆਸਤ ਕਰ ਰਿਹਾ। ਹਾਸੋ ਨਹੀਂ ਗੱਲ ਹੈ, ਪਹਿਲੀ ਵਾਰ ਹੈ ਕਿ ਜੋ ਸਰਕਾਰ ਮੇਂ ਲੋਕ ਹੈ ਵੋ ਸੜਕੋਂ ਮੇਂ ਬੈਠ ਜਾਤੇ ਹੈ, ਪ੍ਰੋਟੈਸਟ ਕਰਤੇ ਹੈ। ਦਿੱਲੀ ਮੇਂ ਵੀ ਇਨਕੀ ਸਰਕਾਰ ਹੈ, ਮੋਦੀ ਜੀ ਇਨਕਾ ਬੜਾ ਭਾਈ ਹੈ, ਤਾਊ ਹੈ ਇਨਕਾ, ਔਰ ਇਧਰ ਬਾਦਲ ਸਾਹਿਬ ਹੈ। ਕਿਸਕੇ ਲੀਏ ਪ੍ਰੋਟੈਸਟ ਕਰਤੇ ਹੈ, ਲੋਕੋਂ ਕੋ ਕਿਉਂ ਗੁੰਮਰਾਹ ਕਰਤੇ ਹੈ? ਦਰਅਸਲ ਇਨਕੇ ਪਾਸ ਕੋਈ ਪੋਲੀਟਿਕਲ ਮੁੱਦਾ ਹੈ ਨਹੀਂ, ਐਸੇ ਐਸੇ ਮੁੱਦੇ ਢੂੰਢ ਰਹੇ ਹੈ। ਕਭੀ ਪਿਆਓ ਕਾ ਮੁੱਦਾ ਲੈ ਆਤੇ ਹੈ, ਕਭੀ ਬਾਦਲ ਕੀ ਲਲਕਾਰ, 90 ਸਾਲ ਕਾ ਆਦਮੀ ਲਲਕਾਰ ਰਹਾ ਹੈ ਕਿ ਮੈਂ SYL ਨਹੀਂ ਨਿਕਲੇ ਦੂੰਗਾ। ਪ੍ਰੋਟੈਸਟ ਕਰ ਰਹੇ ਹੈ ਰੂਲਿੰਗ ਪਾਰਟੀ ਕੇ ਲੋਕ, ਇਹ ਤੋਂ ਬੜੀ ਮਜ਼ਾਕ ਕੀ ਬਾਤ ਹੈ। ਜਬ ਕੇਜਰੀਵਾਲ ਵੀ ਆਤਾ ਹੈ ਤਾਂ ਕੇਜਰੀਵਾਲ ਸਾਹਿਬ ਕੇ ਸਾਹਮਣੇ ਪ੍ਰੋਟੈਸਟ ਕਰਦੇ ਹੈ ਰੂਲਿੰਗ ਪਾਰਟੀ ਕੇ ਲੋਕ, ਇਹ ਮੇਰੇ ਕੋਲ ਇਹ ਸਮਝ ਨਹੀਂ ਆਈ। ਪਰ ਪੰਜਾਬ ਕਾ ਬੱਚਾ ਬੱਚਾ ਜੇ ਜਾਣਤਾ ਹੈ ਕਿ SYL ਦੇ ਮੁੱਦੇ 'ਤੇ ਬਾਦਲ ਸਾਹਿਬ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਚੋਣਾਂ ਨੇੜੇ ਹੋਣ ਕਰਕੇ ਪੰਜਾਬ ਦੇ ਭਖਵੇਂ ਮੁੱਦਿਆਂ 'ਤੇ ਸਿਆਸਤ ਹੋਣੀ ਲਾਜ਼ਮੀ ਹੈ। ਹਰ ਪਾਰਟੀ SYL ਮਾਮਲੇ 'ਤੇ ਇੱਕ ਦੂਜੇ ਨੂੰ ਸ਼ੁਰੂ ਤੋਂ ਹੀ ਕੋਸਦੀ ਆ ਰਹੀ ਹੈ, ਪਰ ਪੂਰਾ ਮਾਮਲਾ ਹਜੇ ਦੇਸ਼ ਦੀ ਸਰਵਉੱਚ ਅਦਾਲਤ 'ਚ ਪੈਂਡਿੰਗ ਹੈ, ਜਿਸ 'ਤੇ ਫੈਸਲਾ ਆਉਣਾ ਬਾਕੀ ਹੈ। ਲੁਧਿਆਣਾ ਤੋਂ ਨਵੀਨ ਸ਼ਰਮਾ, ਫਰੀ ਮੀਡੀਆ। ਖਬਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਹੈ, ਜਿੱਥੇ ਮੀਰੋ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਸ਼ਰਮਸਾਰ ਕਰ ਦੇਣ ਵਾਲਾ ਕਾਰਾ ਕੀਤਾ ਹੈ। ਜਾਣਕਾਰੀ ਮੁਤਾਬਕ ਤਰਲੋਚਨ ਸਿੰਘ ਨਾਂ ਦਾ ਗ੍ਰੰਥੀ ਆਪਣੇ ਪਿਤਾ ਨਾਲ ਗੁਰਦੁਆਰਾ ਸਾਹਿਬ ਆਉਂਦੀ 10 ਸਾਲਾਂ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਜਦੋਂ ਬੱਚੀ ਨੇ ਇਸ ਬਾਰੇ ਆਪਣੇ ਪਿਤਾ ਨੂੰ ਦੱਸਿਆ ਤਾਂ ਉਹਨਾਂ ਗੁਰਦੁਆਰਾ ਸਾਹਿਬ ਦੀ ਸਤਿਕਾਰ ਕਮੇਟੀ ਦੀ ਮਦਦ ਦੇ ਨਾਲ ਗ੍ਰੰਥੀ ਨੂੰ ਰੰਗੇ ਹੱਥੀ ਫੜ ਲਿਆ ਅਤੇ ਗ੍ਰੰਥੀ ਦੀ ਕਰਤੂਤ ਦੀ ਮੋਬਾਈਲ ਵੀਡੀਓ ਬਣਾ ਲਈ। ਫਿਲਹਾਲ ਪੁਲਿਸ ਨੇ ਗ੍ਰੰਥੀ 'ਤੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਗਲਤ ਹੈ, ਗਲਤ ਕਰਦੇ ਪਏ ਨੇ ਬਾਬਾ ਜੀ, ਮੈਂ ਨਹੀਂ ਗੁਰਦੁਆਰਾ ਸਾਹਿਬ ਜਾਣਾ। ਫਿਰ ਮੈਂ ਬੇਟੀ ਨੂੰ ਸਮਝਾ ਕੇ, ਬੇਟੀ ਸਮਝ ਗਈ, ਬੇਟੀ ਗਈ, ਮੈਂ ਪਲੰਘ ਸਾਹਿਬ ਦੇ ਥੱਲੇ ਮੋਬਾਈਲ ਲੈ ਕੇ ਮੈਂ ਵੀਡੀਓ ਬਣਾਈ। ਫਿਰ ਮੈਂ ਉਸ ਤੋਂ ਬਾਅਦ 'ਚ ਨਿਕਲ ਕੇ ਉਸ ਸਾਧ ਨੂੰ ਫੜ ਕੇ ਫਿਰ ਮੈਂ ਬਾਹਰ ਥੰਮ ਨਾਲ ਬੰਨਣ ਦੀ ਕੋਸ਼ਿਸ਼ ਕੀਤੀ। ਉੱਥੇ ਕੁਛ ਇਹ ਸਾਧ ਦੇ ਹਮਾਇਤੀ ਲੋਕ ਅਤੇ ਸਾਡੇ ਕੁਛ ਪਰਿਵਾਰਕ ਵਿਰੋਧੀ ਲੋਕ ਆ ਗਏ, ਇਹ ਦੱਸਣ ਦੇ ਬਾਵਜੂਦ ਕਿ ਸਾਡੀ ਬੇਟੀ ਨਾਲ ਇਹ ਅਸ਼ਲੀਲ ਹਰਕਤ ਹੋਈ ਆ, ਉਹਨਾਂ ਨੇ ਮੈਨੂੰ ਕੁੱਟਣਾ ਮਾਰਨਾ ਸ਼ੁਰੂ ਕਰਤਾ, ਮੇਰੇ ਤੋਂ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ। ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ 11ਵੀਂ ਇੰਟਰ ਸਟੇਟ ਕਾਉਂਸਲਿੰਗ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੀਟਿੰਗ 'ਚ ਕੇਂਦਰੀ ਮੰਤਰੀ ਅਤੇ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦਾ ਵਿਕਾਸ ਤਾਂ ਹੀ ਸੰਭਵ ਹੋ ਸਕਦਾ ਜੇਕਰ ਕੇਂਦਰ ਅਤੇ ਰਾਜ ਮਿਲ ਕੇ ਕੰਮ ਕਰਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਰਾਜਾਂ ਦੇ ਟੈਕਸ 'ਚ ਚੋਖਾ ਵਾਧਾ ਕੀਤਾ ਹੈ, ਜਿਸ ਨਾਲ ਰਾਜ ਹੁਣ ਜ਼ਿਆਦਾ ਕੰਮ ਕਰ ਸਕਦੇ ਨੇ। ਇੰਟਰ ਸਟੇਟ ਕਾਉਂਸਿਲ ਇੱਕ ਐਸਾ ਮੰਚ ਹੈ ਜਿਸ ਕਾ ਇਸਤੇਮਾਲ ਨੀਤੀਆਂ ਕੋ ਬਣਾਨੇ ਔਰ ਉਹਨਾਂ ਨੂੰ ਲਾਗੂ ਕਰਨੇ ਮੇਂ ਕੀਆ ਜਾ ਸਕਤਾ ਹੈ। ਇਸ ਲਈ ਲੋਕਤੰਤਰ, ਸਮਾਜ ਔਰ ਹਮਾਰੀ ਰਾਜ ਵਿਵਸਥਾ ਕੋ ਮਜ਼ਬੂਤ ਕਰਨੇ ਕੇ ਲੀਏ ਇਸ ਮੰਚ ਕਾ ਪ੍ਰਭਾਵੀ ਉਪਯੋਗ ਕੀਆ ਜਾਣਾ ਚਾਹੀਏ। ਪਿਛਲੇ ਇੱਕ ਸਾਲ ਮੇਂ ਵੇ ਦੇਸ਼ ਭਰ ਕੀ 5 ਆਂਚਲਿਕ ਪਰਿਸ਼ਦੋਂ ਕੀ ਬੈਠਕ ਬੁਲਾ ਚੁਕੇ ਹੈ। ਇਸ ਦੌਰਾਨ ਸੰਵਾਦ ਔਰ ਸੰਪਰਕ ਕਾ ਸਿਲਸਿਲਾ ਬਢਨੇ ਕਾ ਹੀ ਨਤੀਜਾ ਹੈ ਕਿ ਆਜ ਹਮ
सभी यहां इकट्ठे हुए हैं। देश का विकास तभी संभव है जब केंद्र और राज्य कंधे से कंधा मिलाकर के चले। तुर्की च तख्ता पलट की कोशिश हुई है जिस नूं राष्ट्रपति रिसेप तैयब की सरकार ने नाकाम कर दिता, जिस दौरान हुई हिंसा च करीब 150 तो ज़्यादा लोगों की मौत हो गई और 1200 लोग जख्मी भी हुए ने। जानकारी मुताबक सरकार ने राजधानी अंकारा च रात भर बंब धमाकों ते हवाई गोलीबारी नाल फौज के तख्ता पलट की कोशिश नाकाम कर दिता गया। तख्ता पलट की कोशिश नूं राष्ट्रपति ने देश द्रोह करार दिता। इस विचकार तुर्की के राष्ट्रपति रिसेप तैयब एर्दोगन ने फेस टाइम के जरिए देश को संबोधित करदे कहा कि वह अजे राष्ट्रपति पद ते बने हुए ने, उन्होंने राज विरोधियों को खत्म करने की प्रतिबद्धता जताई है। हालांकि यह सस्पेंस बनया हुआ कि तख्ता पलट की कोशिश क्यों की गई सी। पाकिस्तानी मॉडल कंदील बलोच का पाकिस्तान के मुल्तान में गोली मार के कतल कर दिया गया। जानकारी मुताबक कंदील का कतल कथित तौर पर उसके ही भरा ने किया, इस डिसऑनर किलिंग के मामले वजो वेख्या जा रहा है। दस दईए कंदील बलोच सोशल मीडिया से अपने बयान करके काफ़ी चर्चा में रही थी। हाल ही दे विच कंदील ने एक मुस्लिम मौलवी नाल फोटो भी खिंचवाई सी, जिस तो बाद काफ़ी विवाद होया सी। जिक्र योग है कि कंदील नूं कुछ देर तो इस्लाम के खिलाफ जाने लई धमकियां भी मिल रही सन। फिलहाल इस बुलेटिन च इन्ना ही, आग्या दिओ, धन्नवाद।